ਰਈਸ ਜ਼ਿਆਦਿਆਂ ਸਿਰ ਸਵਾਰ ਹੋਇਆ ਰੇਸਾ ਲਾਉਣ ਦਾ ਭੂਤ। ਇੱਕ ਪਾਸੇ ਮਸਟੀਜ਼ ਅਤੇ ਦੂਜੇ ਪਾਸੇ ਫੋਰਚੂਨਰ। 150 ਦੀ ਸਪੀਡ 'ਤੇ ਚੱਲ ਰਹੀਆਂ ਸਨ ਦੋਵੇਂ ਕਾਰਾਂ। ਜੇ ਕੋਈ ਕਾਰਾਂ ਨਾਲ ਟਕਰਾਉਂਦਾ ਤਾਂ ਹੋ ਜਾਣਾ ਸੀ ਇੱਕਦਮ ਕੰਮ ਤਮਾਮ। ਦੋਵੇਂ ਕਾਰਾਂ ਦਰਖਤ ਨਾਲ ਟਕਰਾਈਆਂ, ਲੋਕਾਂ ਨੇ ਭੱਜ ਕੇ ਬਚਾਈ ਜਾਨ। ਜੀ ਹਾਂ, ਜਲੰਧਰ ਦੇ ਰੀਸ ਜ਼ਿਆਦਿਆਂ ਸਿਰ ਕਾਰਾਂ ਦੀ ਰੇਸ ਲਗਾਉਣ ਦਾ ਐਸਾ ਭੂਤ ਸਵਾਰ ਹੋਇਆ ਕਿ ਇਹਨਾਂ ਦੇ ਕਾਰਨ ਕਈ ਲੋਕਾਂ ਦੀ ਜਾਨ ਜਾ ਸਕਦੀ ਸੀ। ਦਰਅਸਲ ਦੋਵੇਂ ਮਨ ਚਲੇ ਕਾਰਾਂ ਦੀ ਰੇਸ ਲਗਾ ਰਹੇ ਸਨ। ਇੱਕ ਪਾਸੇ ਫੋਰਚੂਨਰ ਸੀ ਅਤੇ ਦੂਜੇ ਪਾਸੇ ਮਸਜਿਦ। ਪ੍ਰਤੱਖ ਦਰਸ਼ੀਆਂ ਮੁਤਾਬਿਕ ਦੋਵਾਂ ਕਾਰਾਂ ਦੀ ਸਪੀਡ 150 ਤੋਂ ਉੱਤੇ ਸੀ। ਅਚਾਨਕ ਇੱਕ ਮੋੜ 'ਤੇ ਜਾ ਕੇ ਇਹ ਦੋਵੇਂ ਕਾਰਾਂ ਇੱਕ ਦਰਖਤ ਨਾਲ ਜਾ ਟਕਰਾਈਆਂ। ਕਾਰਾਂ 'ਚ ਮੌਜੂਦ ਦੋਵੇਂ ਮਨ ਚਲੇ ਤਾਂ ਬਚ ਗਏ, ਪਰ ਇਹਨਾਂ ਦੀ ਮੂਰਖਤਾ ਕਈਆਂ ਦੀ ਜਾਨ ਲੈ ਸਕਦੀ ਸੀ। ਉਹ ਇਕਦਮ ਉਹਨੇ ਮਸਜਿਦ ਅੱਗੇ ਲਾ ਲਈ, ਉਹਨੇ ਮੂਰ ਕੱਟਿਆ ਦੇ ਨਾਲ ਹੀ ਉਹ ਪੇੜ ਦੇ ਵਿੱਚ ਮਾਰੀ। ਇੱਥੇ 10-15 ਬੰਦੇ ਬੈਠੇ ਸੀਗੇ, 15-20 ਫੁੱਟ ਦੂਰ। ਜੇ ਪੇੜ ਨਾ ਟੁੱਟਦਾ ਤੇ ਉਹ ਬੰਦਿਆਂ ਦੇ ਉੱਪਰ ਗੱਡੀ ਕੱਢਦੇ। ਕੁਝ ਦੂਰੀ ਤੇ ਬੈਠੇ ਲੋਕਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਆ ਤੁਸੀਂ ਵੀ ਸੁਣ ਲਓ ਕੀ ਕਹਿ ਰਹੀ ਹੈ ਇਹ ਬਜ਼ੁਰਗ ਔਰਤ। ਇਧਰੋਂ ਆ ਕੇ ਪਤਾ ਨੀ ਕਿਹੜੇ ਹਿਸਾਬ ਨਾਲ ਗੱਡੀ ਇਧਰ ਆਈ ਆ। ਦੋ ਦਰਖਤ ਤੋੜੇ, ਮੁੰਡੇ ਭੱਜ ਕੇ ਇੱਥੋਂ ਬਚੇ। ਇੱਕ ਮੁੰਡੇ ਨੇ ਇਹਨੂੰ ਕੱਢਿਆ ਬਾਹਰੋਂ, ਸਰਦਾਰ ਜੀ ਨੂੰ। ਉਹ ਸਰਦਾਰ ਜੀ ਨੇ ਮੋਹਰੇ ਮੁੰਡੇ ਨੂੰ ਗਾਲ ਕੱਢੀ। ਪੁਲਿਸ ਵੱਲੋਂ ਇਹਨਾਂ ਮਨ ਚਲਿਆਂ ਨੂੰ ਕਾਬੂ ਤਾਂ ਕਰ ਲਿਆ ਗਿਆ, ਪਰ ਪਤਾ ਨਹੀਂ ਕਿਹੜਾ ਕਾਰਨ ਹੈ ਕਿ ਪੁਲਿਸ ਨੇ ਇਹ ਨਹੀਂ ਦੱਸਿਆ ਕਿ ਇਹਨਾਂ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ। ਦੋ ਗੱਡੀਆਂ ਜੀ ਰੇਸਾਂ ਲਾ ਰਹੀਆਂ ਸੀ, ਇੱਕ ਮਰਸਡੀਜ਼ ਦੇ ਫੋਰਚੂਨਰ ਹੈ। ਉਹਨਾਂ ਦਾ ਫਿਰ ਆਊਟ ਆਫ ਕੰਟਰੋਲ ਹੋ ਗਈਆਂ, ਕਿ ਜਿਹੜੀ ਫੋਰਚੂਨਰ ਗੱਡੀ ਉਹ ਫੁੱਟਪਾਥ 'ਤੇ ਚੜ ਗਈ ਹੈ। ਸਾਈਡ 'ਤੇ ਸ਼ੈੱਡ ਪਾਇਆ ਹੋਇਆ ਸੀ, ਕੁਛ ਲੋਕ ਰਹਿੰਦੇ ਸੀਗੇ, ਉਹਨਾਂ ਦਾ ਬਚਾਅ ਹੋ ਗਿਆ। ਫਿਰ ਉਹਨਾਂ ਦੇ ਬਿਆਨਾਂ 'ਤੇ ਅਸੀਂ ਕੇਸ ਰਜਿਸਟਰ ਕਰਨ ਲੱਗੇ, ਰਾਊਂਡ ਅਪ ਕਰ ਲੈਣੇ ਦੋਸ਼ੀ। ਅਜਿਹੇ ਲੋਕਾਂ ਕਾਰਨ ਪਹਿਲਾਂ ਵੀ ਕਈ ਜਾਨਾਂ ਜਾ ਚੁੱਕੀਆਂ ਨੇ, ਪਰ ਪੰਜਾਬ ਪੁਲਿਸ ਦੀ ਹਮਦਰਦੀ ਅਜਿਹੀਆਂ ਘਟਨਾਵਾਂ ਨੂੰ ਵਧਾਉਣ 'ਚ ਮਦਦਗਾਰ ਸਾਬਿਤ ਹੋ ਰਹੀ ਹੈ। ਇਸ ਲਈ ਪੰਜਾਬ ਪੁਲਿਸ ਨੂੰ ਚਾਹੀਦਾ ਹੈ ਕਿ ਅਜਿਹੇ ਮਨ ਚਲਿਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਤਾਂ ਜੋ ਲੋਕਾਂ ਨੂੰ ਇਸ ਦਾ ਖਮਿਆਜ਼ਾ ਨਾ ਭੁਗਤਣਾ ਪੈ ਸਕੇ। ਬਿਊਰੋ ਰਿਪੋਰਟ, ਸਪੋਕਸਮੈਨ ਟੀਵੀ।